जलंधर विच पुलिस वल्लों कार्रवाई करदिआं पटाके वपारियों तो पटाके जब्त किए गए। पंजाब भर में नियमों की उलंघना करने वालों खिलाफ यह कार्रवाई की जा रही है। जलंधर प्रशासन वल्लों पटाके वेचण लई भी लाइसेंस जारी किए जा चुके हैं, पर अजे तक निगम वल्लों परची जारी नहीं की गई, जिसके तहत पुलिस ने कार्रवाई करते हुए हरविंदर के खिलाफ मामला दर्ज करके उसके पटाके कब्जे में ले लिए हैं। दरअसल इस बार 20 लोगों को लाइसेंस जारी किए गए हैं, पर पटाकियों की दुकान लगाने वाले 200 लोग बैठे हैं, जिसनों लेके पुलिस ने हुण तो ही बाल्टन पार्क में सख्त कार्रवाई शुरू कर दी है। बाल्टन पार्क इन्फॉर्मेशन मिली थी कि उत्थे जिहड़ियां पटाके दीआं दुकानां इशू होईआं ने, ड्रा निकलिआ होइआ 20 बंदिआं नूं पटाके दी दुकानां लगाउण दा लाइसेंस मिलिआ है। ड्रा निकलिआ पर लाइसेंस अजे जारी नहीं होए आ। उसके संबंध में इन्हों ने पहलों ही लिया के उत्थे पटाके स्टोर किए, अं पटाके बरामद किए आ। कुछ हरविंदर सिंह दे रखे हुए सी, वासी अजीत नगर का, उसको पटाके फड़े गए। ਤੇ ਸਰ ਜਿਹੜਾ ਪਟਾਕਾ ਜਿਹੜਾ ਬਰਾਮਦ ਕੀਤਾ ਗਿਆ ਇਹ ਦੇਸੀ ਪਟਾਕਾ ਹੈ ਕਿ ਦੂਸਰਾ ਪਟਾਕਾ ਹੈ? ਇਹਦੇ ਬਾਰੇ 'ਚ ਕੁਝ ਨਹੀਂ ਕਿਹਾ ਸਕਦਾ ਦੇਸੀ ਹੈ ਕਿ ਨਹੀਂ, ਕਿਉਂਕਿ ਬੋਰਿਆਂ 'ਚ ਬੰਦ ਨੇ ਅਜੇ। ਸਾਡੇ ਸਾਹਮਣੇ ਨਜ਼ਰ ਆ ਰਿਹਾ ਕਿ ਉਹਦੇ ਵਿੱਚ ਦੇਸੀ ਹਵਾਈਆਂ ਨੇ। ਹੋ ਸਕਦਾ ਹੋਣ ਦੇਸੀ ਹਵਾਈਆਂ ਹੋਣ। ਸਰ ਕਹਿੰਦੇ ਪਟਾਕਾ ਜ਼ਿਆਦਾ ਫੜਿਆ ਗਿਆ ਵਾ, ਤਬ ਜਾਂਦਾ ਮਤਲਬ ਸਮਾਨ ਦਾ ਪਟਾਕਾ ਜ਼ਿਆਦਾ ਪਿਆ ਹੋਇਆ ਸੀ ਉੱਥੇ ਸਟੋਰ ਕੀਤਾ ਗਿਆ ਸੀ ਸਵੇਰੇ ਪਟਾਕਾ, ਅਤੇ ਪਟਾਕਾ ਜਿਹੜਾ ਤੁਹਾਡੇ ਕੋਲੋਂ ਘੱਟ ਲਿਆਂਦਾ ਗਿਆ, ਲੇਕਿਨ ਉੱਥੇ ਸਟੋਰ ਹਜੇ ਵੀ ਹੈ? ਕੋਈ ਇਹੋ ਜਿਹੀ, ਮੈਂ ਤਾਂ ਜਿੰਨੀਆਂ ਵੀ ਦੁਕਾਨਾਂ ਸੀ ਸਾਰੀਆਂ ਚੈੱਕ ਕਰਕੇ ਸਾਰੇ ਪਟਾਕੇ ਲੈਂਦੇ ਆ। ਫਿਰ ਵੀ ਅਗਰ ਤੁਹਾਨੂੰ ਕੋਈ ਸ਼ੱਕ ਹੈ ਤਾਂ ਦੁਬਾਰਾ ਅਸੀਂ ਤੁਹਾਡੇ ਨਾਲ ਜਾ ਕੇ ਚੈੱਕ ਕਰ ਸਕਦੇ ਹਾਂ। ਸਰ ਇਹਦੇ ਵਿੱਚ ਕੋਈ ਅਕਿਊਜ਼ਡ ਵੀ ਲੈਂਦਾ ਜਿਹਦਾ ਪਟਾਕਾ ਸੀ ਉਹਨੂੰ ਵੀ ਲੈ? ਹਰਵਿੰਦਰ ਸਿੰਘ ਨੂੰ ਨਾਲ ਲੈ ਕੇ ਆਏ। ਕੀ ਕਾਰਵਾਈ ਕੀਤੀ ਜਾ ਰਹੀ ਤੁਹਾਡੇ? ਜੋ ਬਣਦੀ ਕਾਰਵਾਈ ਕਾਨੂੰਨੀ ਕਰਾਂਗੇ ਜੀ। ਕੀ ਸਰ ਬਗੈਰ ਲਾਇਸੈਂਸ ਤੋਂ ਉਹਨੇ ਪਟਾਕਾ ਰੱਖਿਆ ਹੈਗਾ ਯਾਰ, ਕਿਉਂਕਿ ਕਾਫੀ ਸਟ੍ਰਿਕਟ ਇਨਸਟਰਕਸ਼ਨ ਦਿੱਤੀ ਹੋਈ ਹੈ ਸੀਪੀ ਸਾਹਿਬ ਨੇ? ਜੋ ਬਣਦੀ ਕਾਰਵਾਈ ਉਹ ਕਰਾਂਗੇ ਜੀ। ਤੇ ਹੋਰ ਵੀ ਜਿਹੜਾ ਚੈੱਕ ਕੀਤੇ ਜਾਓਗੇ ਲਾਇਸੈਂਸ, ਜੇ ਅਗਰ ਹੋਰ ਵੀ ਕੋਈ ਪਟਾਕਾ ਰੱਖਦਾ? ਬਿਲਕੁਲ, ਸਾਰੀਆਂ ਦੁਕਾਨਾਂ ਉੱਥੇ ਚੈੱਕ ਕਰ ਲਈਆਂ ਗਈਆਂ, ਉਦੋਂ ਹੀ ਨਾਲ ਦੀ ਨਾਲ ਜਿੰਨੇ ਪਟਾਕੇ ਸੀ ਸਾਰੇ ਲੈਣ ਦੇ ਗਏ ਆ, ਸਾਰੀਆਂ ਦੁਕਾਨਾਂ ਚੈੱਕ ਕੀਤੀਆਂ ਗਈਆਂ। ਅਗਰ ਵਿਦਆਊਟ ਲਾਇਸੈਂਸ ਕੋਈ ਪਟਾਕਾ ਰੱਖਦਾ ਤੇ ਉਹਦੇ ਉੱਤੇ ਕੇਸ ਰਜਿਸਟਰ ਹੁੰਦਾ ਜੀ, ਜੋ ਕਾਨੂੰਨੀ ਕਾਰਵਾਈ ਅਸੀਂ ਬਣਦੀ ਅਸੀਂ ਕਰਾਂਗੇ।